ਬੀਤੇ ਦਿਨੀ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹਾਂਤ ਦੀ ਇੱਕ ਜਿਹੜੀ ਖਬਰ ਪੰਜਾਬ 'ਚ ਆਈ ਸੀ, ਜਿਸ ਤੋਂ ਬਾਅਦ ਕਿ ਪੂਰੇ ਸਿੱਖ ਜਗਤ 'ਚ ਜਿਹੜਾ ਦੁੱਖ ਦੀ ਲਹਿਰ ਛਾ ਗਈ। ਉਸ ਤੋਂ ਬਾਅਦ ਹੁਣ ਭਾਈ ਨਿਰਮਲ ਸਿੰਘ ਖਾਲਸਾ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਹੇ ਕਿ ਜਿਹੜਾ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਆਇਆ, ਉਸ ਤੋਂ ਬਾਅਦ ਉਹਨਾਂ ਦਾ ਡਾਕਟਰਾਂ ਵੱਲੋਂ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਉਹ ਆਪਣੇ ਪਰਿਵਾਰ ਨੂੰ ਆਖਰੀ ਜਿਹੜੀ ਫਤਿਹ ਦੀ ਸਾਂਝ ਪਾਉਣ ਲਈ ਉਹਨਾਂ ਨੇ ਫੋਨ ਕੀਤਾ ਸੀ। ਉਸ ਆਡੀਓ ਨੂੰ ਲੈ ਕੇ ਭਾਈ ਬਲਦੇਵ ਸਿੰਘ ਜੀ ਸਿਰਸਾ ਨੇ ਇੱਕ ਕੰਪਲੇਂਟ ਕੀਤੀ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ। ਜਾਣ ਲੈਂਦੇ ਹਾਂ ਕੀ ਮਾਮਲਾ ਹੈ। ਹਾਂਜੀ, ਜਿਹੜੀ ਕੰਪਲੇਂਟ ਤੁਸੀਂ ਕੀਤੀ ਹੈ ਕੀ ਮਾਮਲਾ ਹੈ ਸਾਰਾ ਦੱਸੋਗੇ? ਦੇਖੋ ਜੀ, ਮਾਮਲਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਭਾਈ ਨਿਰਮਲ ਸਿੰਘ ਜੀ ਦੀ ਮੌਤ ਦੀ, ਉਹਨਾਂ ਦੀ ਜਿਹੜੀ ਮੌਤ ਹੈ ਉਹ ਕੋਈ ਕੁਦਰਤੀ ਜਾਂ ਕਰੋਨਾ ਦੇ ਨਾਲ ਮੈਂ ਨਹੀਂ ਸਮਝਦਾ। ਉਹਨਾਂ ਦੀ ਜਿਹੜੀ ਮੌਤ ਹੈ, ਮੈਂ ਪਹਿਲਾਂ ਤਾਂ ਉਹਨਾਂ ਦੀ ਮੌਤ ਦੇ ਬਾਰੇ ਆ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਕੱਲ੍ਹ ਇੱਕ ਆਹ ਜਿਹੜੀ ਇੱਕ ਹੱਥ ਨਾਲ ਐਪਲੀਕੇਸ਼ਨ ਲਿਖ ਕੇ ਅਤੇ ਇਹ ਸਿਵਲ ਸਰਜਨ ਤੋਂ ਲੈ ਕੇ ਅਤੇ ਭਾਰਤ ਦੇ ਰਾਸ਼ਟਰਪਤੀ ਤੱਕ ਸਾਰਿਆਂ ਨੂੰ ਮੇਲਾਂ ਕੀਤੀਆਂ ਸਨ ਕਿ ਇਹਨਾਂ ਦੀ ਜਿਹੜੀ ਆ ਪੜਤਾਲ ਕੀਤੀ ਜਾਵੇ, ਕਿਉਂਕਿ ਉਹਨਾਂ ਦਾ ਇਲਾਜ ਸਹੀ ਪ੍ਰੋਪਰ ਇਲਾਜ ਨਹੀਂ ਹੋਇਆ ਜਿਸ ਕਰਕੇ ਉਹਨਾਂ ਦੀ ਮੌਤ ਹੋਈ। ਕਿਉਂਕਿ ਉਹ 7 ਮਾਰਚ ਤੋਂ ਲੈ ਕੇ ਲਗਾਤਾਰ ਜਿਹੜਾ ਸੀ ਉਹ ਡਾਕਟਰਾਂ ਦੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਸ੍ਰੀ ਨਾਨਕ ਦੇਵ ਹਸਪਤਾਲ ਤੋਂ ਬਾਅਦ ਫਿਰ ਉਹ ਸ੍ਰੀ ਰਾਮਦਾਸ ਹਸਪਤਾਲ ਸਿਵਲ ਹਸਪਤਾਲ ਉਹ ਆਉਂਦੇ ਰਹੇ ਨੇ ਅਤੇ ਉਹਨਾਂ ਦਾ ਜਿਹੜਾ ਪ੍ਰੋਪਰ ਇਲਾਜ ਨਹੀਂ ਹੋਇਆ ਜੋ ਹੋਣਾ ਬਣਦਾ ਸੀ, ਉਹਨਾਂ ਦੇ ਚੈੱਕਅਪ ਜਿਹੜੇ ਨੇ ਟਾਈਮ ਨਾਲ ਨਹੀਂ ਕੀਤੇ ਗਏ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਅਤੇ ਪੜਤਾਲ ਕਰਾਈ ਗਈ। ਲੇਕਿਨ ਜਦੋਂ ਕੱਲ੍ਹ ਰਾਤੀ ਉਹਨਾਂ ਦੀ ਜਿਹੜੀ ਆਡੀਓ ਜਦੋਂ ਜਿਹੜੀ ਸਾਹਮਣੇ ਆਈ ਅਤੇ ਮੈਂ ਸੁਣੀ ਅਤੇ ਮੈਨੂੰ ਫਿਰ ਰਾਤ ਨੀਂਦ ਨਹੀਂ ਆਈ, ਮੈਂ ਫਿਰ ਇਸ ਕਰਕੇ ਫਿਰ ਇਹ ਜਿਹੜੀ ਅੱਜ ਦੀ ਜਿਹੜੀ ਐਪਲੀਕੇਸ਼ਨ ਹੈ ਇਹ ਮੈਂ ਪੁਲਿਸ ਕਮਿਸ਼ਨਰ ਸਾਹਿਬ ਨੂੰ, ਇਹ 10 ਡਾਕਟਰ ਨੇ ਜਿਨ੍ਹਾਂ ਦੇ ਖਿਲਾਫ਼ ਇੱਕ ਕੰਪਲੇਂਟ ਕੀਤੀ ਹੈ ਕਿ 22 ਨੇਮ ਪਹਿਲਾਂ ਇਹਨਾਂ ਦੇ ਖਿਲਾਫ਼ ਪਰਚਾ ਹੋਣਾ ਚਾਹੀਦਾ, ਜਿਹਦੇ ਵਿੱਚ ਡਾਕਟਰ ਅਵਤਾਰ ਸਿੰਘ ਭੰਜੂ, ਡਾਕਟਰ ਮਨੀਸ਼ਾ, ਡਾਕਟਰ ਨਿਮਿਤ, ਡਾਕਟਰ ਪ੍ਰਾਂਜਲੀ, ਡਾਕਟਰ ਪ੍ਰਨੀਤ, ਡਾਕਟਰ ਸਹਿਲ ਅਰੋੜਾ, ਡਾਕਟਰ ਹਰਪ੍ਰੀਤ ਕੌਰ, ਸਾਰੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਨੇ 7 ਅਤੇ ਡਾਕਟਰ ਗੁਰਿੰਦਰ ਮੋਹਨ, ਡਾਕਟਰ ਅੰਬਿਕਾ, ਡਾਕਟਰ ਰਸਲੀਨ ਕੌਰ, ਇਹ 3 ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰ ਨੇ। ਇਹਨਾਂ ਦੇ ਨਾਲ ਇਹਨਾਂ 10 ਦੇ ਖਿਲਾਫ਼ ਜਿਹੜੀ ਆ ਮੈਂ ਲਿਖਤੀ ਕੰਪਲੇਂਟ ਕੀਤੀ ਆ ਕਿ ਪਹਿਲਾਂ ਇਹਨਾਂ ਦੇ ਖਿਲਾਫ਼ ਪੁਲਿਸ ਪਰਚਾ ਹੋਵੇ, ਉਸ ਤੋਂ ਬਾਅਦ ਅਗਲੀ ਜਿਹੜੀ ਆ ਪੜਤਾਲ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਤੁਸੀਂ ਕਮਿਸ਼ਨਰ ਆਫਿਸ ਆਏ ਜੇ ਕੰਪਲੇਂਟ ਦੇਣ ਆਏ ਜੇ, ਲੇਕਿਨ ਕਮਿਸ਼ਨਰ ਸਾਹਿਬ ਤੇ ਖੁਦ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਤੇ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਡਾਕਟਰਾਂ ਨੂੰ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਹੈ ਕਿ ਇਹਨਾਂ ਡਾਕਟਰਾਂ ਦੀ ਕੋਈ ਗਲਤੀ ਨਹੀਂ ਹੈ। ਜਿਹੜੀ ਡਾਕਟਰ ਦੇ ਨੂੰ ਅੱਜ ਜਿਹੜੀ ਕਲੀਨ ਚਿੱਟ ਦਿੱਤੀ ਗਈ ਆ, ਇਹ ਮੰਤਰੀ ਸਾਹਿਬ ਨੂੰ ਇੰਨੀ ਕਾਲੀ ਕਿਉਂ ਪੈ ਗਈ ਉਹਨਾਂ ਨੂੰ ਕਲੀਨ ਚਿੱਟ ਦੇਣ ਦੀ? ਜਿਹੜੀ ਤੁਸੀਂ CP ਸਾਹਿਬ ਦੀ ਗੱਲ ਕੀਤੀ ਆ ਕਿ ਉਹ ਵੀ ਉੱਥੇ ਪ੍ਰੈਸ ਮੀਟਿੰਗ ਸਨ, ਉਹ ਇੱਕ ਅਫਸਰ ਨੇ ਅਤੇ ਮੰਤਰੀ ਨੇ ਬੁਲਾ ਲਿਆ ਹੋਊਗਾ ਅਤੇ ਉਹ ਮੰਤਰੀ ਕੋਲ ਚਲੇ ਗਏ। ਲੇਕਿਨ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇੰਨੀ ਜਲਦੀ ਉਹਨਾਂ ਨੂੰ ਕਲੀਨ ਚਿੱਟ ਡਾਕਟਰਾਂ ਨੂੰ ਕਿਉਂ ਦੇ ਰਿਹਾ? ਉਹ ਇਸ ਕਰਕੇ ਉਹਨਾਂ ਨੂੰ ਖਤਰਾ ਹੋ ਗਿਆ ਕਿ ਉਹਨਾਂ ਦੇ ਖਿਲਾਫ਼ ਜਿਹੜੀਆਂ ਕੰਪਲੇਂਟਾਂ ਆਉਣ ਲੱਗੀਆਂ ਨੇ, ਲਿਖਤੀ ਕੰਪਲੇਂਟ ਮੇਰੇ ਵੱਲੋਂ ਕੱਲ੍ਹ ਚਲੀ ਗਈ ਸੀ ਅਤੇ ਅੱਜ ਵੀ ਉਹਨਾਂ ਨੂੰ ਖਤਰਾ ਸੀ ਕਿ ਇਸ ਤੋਂ ਅੱਗੇ ਜਿਹੜੀ ਆਡੀਓ ਭਾਈ ਸਾਹਿਬ ਨੇ ਜਿਹੜਾ ਲਾਸਟ ਕੱਲ੍ਹ ਜਿਹੜੀ ਆ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਆਖਰੀ ਗੱਲਬਾਤ ਟੈਲੀਫੋਨ ਦੇ ਰਾਹੀਂ ਕੀਤੀ ਆ, ਉਹਦੇ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਮੇਰਾ ਇਲਾਜ ਜਿਹੜਾ ਉਹ ਪ੍ਰੋਪਰ ਸਹੀ ਇਲਾਜ ਨਹੀਂ ਹੋ ਰਿਹਾ, ਜਿਸ ਕਰਕੇ ਮੈਂ ਤੁਹਾਨੂੰ ਆਖਰੀ ਪਤੇ ਬੁਲਾ ਰਿਹਾ, ਪਰਿਵਾਰ ਦਲਾਸਾ ਦੇ ਰਿਹਾ ਲੇਕਿਨ ਉਹ ਆਖਰੀ ਪਤੇ ਬੁਲਾ ਰਿਹਾ, ਉਹਨੂੰ ਦਿਸ ਰਿਹਾ ਸੀ ਅਤੇ ਉਹਨੇ ਕਲੀਅਰ ਕੀਤਾ ਕਿ ਮੇਰੀ ਜਿਹੜੀ ਆ ਮੇਰਾ ਇਲਾਜ ਨਹੀਂ ਹੋ ਰਿਹਾ। ਸੋ ਇਹਦੇ ਵਿੱਚ ਇਹਨਾਂ ਨੂੰ ਮੰਤਰੀ ਸਾਹਿਬ ਨੂੰ ਸਾਰਿਆਂ ਨੂੰ ਇੱਕ ਭਜਣਾ ਪੈ ਗਈਆਂ ਕਿ ਅਸਲੀਅਤ ਸਾਹਮਣੇ ਆ ਗਈ ਆ ਅਤੇ ਡਾਕਟਰਾਂ ਦੇ ਖਿਲਾਫ਼ ਡਾਕਟਰਾਂ 'ਤੇ ਘੋੜਾ ਚੱਲਣਾ। ਸੋ ਉਹਨਾਂ ਨੇ ਜਿਹੜੀ ਅੱਜ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਆ ਇਹ ਬਹੁਤ ਗਲਤ ਕੀਤਾ, ਲੇਕਿਨ ਉਹ ਬੇਸ਼ੱਕ ਕਲੀਨ ਚਿੱਟ ਦੇ ਦੇਣ, ਲੇਕਿਨ ਮੈਂ ਸੰਸਾਰ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇੱਕ ਅਪੀਲ ਕਰਦਾ ਕਿ ਆਓ ਸਾਰੇ ਰਲ ਕੇ ਆਪਾਂ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਆਪਣੀ ਅਣਗਹਿਲੀ ਕਰਕੇ ਕਰੋਨਾ ਦੇ ਡਰ ਤੋਂ ਭਾਈ ਨਿਰਮਲ ਸਿੰਘ ਦਾ ਪ੍ਰੋਪਰ ਇਲਾਜ ਨਹੀਂ ਕੀਤਾ ਜੋ ਆਪਣੀ ਜ਼ਬਾਨੀ ਕਹਿ ਰਿਹਾ, ਅਤੇ ਇਹਨਾਂ 'ਤੇ ਪੁਲਿਸ ਪਰਚਾ ਦਰਜ ਕਰਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਬੇਸਹਾਰਾ ਦੀ ਮੌਤ ਨਾ ਆਵੇ। ਜੇਕਰ ਇੰਨੀ ਪਹੁੰਚ ਵਾਲਾ ਬੰਦਾ ਜਿਹੜਾ ਧਾਰਮਿਕ ਸ਼ਖਸੀਅਤ ਜਿਹੜਾ ਪਦਮ ਸ੍ਰੀ ਹੋਵੇ ਉਹਦਾ ਜੇ ਇਲਾਜ ਨਹੀਂ ਕੀਤਾ ਗਿਆ ਤਾਂ ਮੈਨੂੰ ਇਹ ਦੱਸੋ ਵੀ ਆਮ ਬੰਦੇ ਦਾ ਉੱਥੇ ਕੀ ਹਾਲ ਹੋਵੇਗਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਅੱਜ ਸਾਡੀਆਂ ਸਮੂਹ ਧਾਰਮਿਕ ਜਥੇਬੰਦੀਆਂ, ਸਮੁੱਚੇ ਅਮਨ ਪਸੰਦ ਲੋਕ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਪੁਲਿਸ ਕਮਿਸ਼ਨਰ ਸਾਹਿਬ 'ਤੇ ਅਤੇ ਪੰਜਾਬ ਸਰਕਾਰ, ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਇਹਨਾਂ ਡਾਕਟਰਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਬੇਸਹਾਰਾ ਦੀ ਮੌਤ ਨਾ ਹੋਵੇ। ਇਹ ਮੇਰਾ ਕਹਿਣਾ।
ਸੋ ਇਹ ਸੀ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਹੋਈ ਹੈ ਉਹ ਮੌਤ ਕਰੋਨਾ ਨਾਲ ਨਹੀਂ ਹੋਈ, ਉਹਨਾਂ ਦਾ ਕਤਲ ਡਾਕਟਰਾਂ ਵੱਲੋਂ ਕੀਤਾ ਗਿਆ ਜਿਹਦੇ ਖਿਲਾਫ਼ ਉਹਨਾਂ ਨੇ ਇੱਕ ਲੜਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਨੇ ਪੂਰੇ ਸਿੱਖ ਜਗਤ ਤੋਂ ਮੰਗ ਕੀਤੀ ਹੈ ਕਿ ਉਹ ਇਸ ਲੜਾਈ 'ਚ ਉਹਨਾਂ ਦਾ ਸਾਥ ਦੇਣ। ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਹਨੀ ਮਹਿਰਾ, ਜੀਵੇ ਪੰਜਾਬ ਟੀਵੀ, ਅੰਮ੍ਰਿਤਸਰ।